ਅਸਲਾਮ ਵਾਲੇਕਮ ਅਫਜ਼ਾਲ ਅਹਿਮਦ, ਅਫਜ਼ਾਲ ਅਹਿਮਦ ਦੂਛਾ ਗੱਲ ਕਰ ਰਿਹਾ। ਹਾਂ ਜੀ, ਕੀ ਹਾਲ ਹੈ? ਠੀਕ ਠਾਕ ਹੋ? ਉਮੀਦ ਕਰਨਾ ਜੀ ਸਾਰੇ ਦੋਸਤ ਠੀਕ ਠਾਕ ਹੋਣਗੇ। ਹਾਂ ਜੀ, ਅੱਜ ਇਸ ਵਕਤ ਮੈਂ ਮੋਟਰ ਚਲਾਈ ਹੈ ਅਤੇ ਅੱਗੇ ਪਾਣੀ ਲਾਇਆ ਅਤੇ ਹੁਣ ਅਸੀਂ ਮੂੰਜੀ ਲਾਉਣ ਲੱਗੇ ਹਾਂ। ਹੁਣ ਬਿਲਕੁਲ ਟਰੈਕਟਰ ਆਉਣ ਵਾਲਾ ਅਤੇ ਮੂੰਜੀ ਨੂੰ ਆਪਣਾ ਕੱਦੂ ਸ਼ੱਦੂ ਹੋ ਗਿਆ ਸਾਰਾ ਅਤੇ ਬਿਲਕੁਲ ਆਖਰੀ ਸੀ ਸੁਹਾਗਾ ਕਰਨਾ ਹੁਣ ਅਤੇ ਪਾਣੀ ਲਾਇਆ ਉਹਦੇ ਮੰਡ ਨੂੰ ਅਤੇ ਬਿਲਕੁਲ ਲਾਭ ਵੀ ਤਿਆਰ ਹੋ ਗਈ ਹੈ ਅਤੇ ਬਿਲਕੁਲ ਸੁਬਾਹ ਮੂੰਜੀ ਜਿਹੜੀ ਹੈ ਅਸੀਂ ਆਪਣੀ ਸ਼ੁਰੂ ਕਰ ਦੇਣੀ ਹੈ। ਹਾਂ, ਜਿਹੜੀ 1-2 ਏਕੜ ਆਵੇ ਜੀ ਉਹ ਆਪਣੀ ਮੂੰਜੀ ਲਾਉਣੀ ਹੈ। 86 ਇਸ ਵਕਤ ਮੈਂ ਆਪਣੀ ਮੋਟਰ 'ਤੇ ਖਲੋਤੇ ਆਵਾਂ। ਦੇਖੋ ਮਾਸ਼ਾਅੱਲਾ ਬਹੁਤ ਹੀ ਜ਼ਿਆਦਾ ਅਤੇ ਸਖਤ ਗਰਮੀ ਵੀ ਹੈ, ਹਰ ਪਾਸੇ ਮੂੰਜੀਆਂ ਦਾ ਜ਼ੋਰ ਹੈ। ਇਸ ਟਾਈਮ ਫੁੱਲ ਮੂੰਜੀਆਂ ਹਰ ਪਾਸੇ ਲੱਗ ਰਹੀਆਂ ਨੇ, ਹਰ ਇੱਕ ਬੰਦਾ ਜਿਹੜਾ ਆਪਣੇ ਮਤਲਬ ਮੂੰਜੀਆਂ ਦੇ ਚੋਰੋ ਗੋਲੇ 'ਚ ਲੱਗੇ ਆ, ਮਸਰੂਫ ਹੈ। ਇਸ ਵਕਤ ਹੁਣ ਮੋਟਰ 'ਤੇ ਜ਼ਰਾ ਕੁ ਤਾਰ ਹੀ ਲਾਉਂਦੇ ਹਾਂ, ਛੋਟਾ ਜਿਹਾ ਪਾਣੀ ਛਾਣੀ ਨਾਲੇ ਪਾਣੀ ਪੀਂਦੇ ਹਾਂ ਅਤੇ ਛੋਟੀ ਜਿਹੀ ਤਾਰ ਹੀ ਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਉੱਥੇ ਜਾ ਕੇ ਆਪਣਾ ਕੱਦੂ ਵਿੱਚ ਪਾਣੀ ਚੈੱਕ ਕਰਦੇ ਹਾਂ ਕਿੰਨਾ ਕੁ ਪਾਣੀ ਹੋ ਗਿਆ। ਮਾਸ਼ਾਅੱਲਾ ਦੇਖੋ ਮੋਟਰ ਚੱਲ ਰਹੀ ਹੈ ਸਾਡਾ ਘਰ, ਗਰਮੀ ਇੰਨੀ ਕੁ ਹੋਵੇ ਅਤੇ ਮੋਟਰ ਬਿਲਕੁਲ ਪਾਣੀ ਥੋੜ੍ਹਾ ਥੋੜ੍ਹਾ ਕੱਢਦੀ ਹੈ ਪਈ, ਇੰਨੀ ਕੁ ਸਖਤ ਗਰਮੀ ਹੈ ਅਤੇ ਬਿਲਕੁਲ ਬਾਰਿਸ਼ ਹੁੰਦੀ ਨਹੀਂ। ਰਾਤ ਨੂੰ ਵੀ ਕਾਫੀ ਮੌਸਮ ਖਰਾਬ ਹੋਇਆ ਸੀ, ਉਮੀਦ ਤਾਂ ਬੜੀ ਸੀ ਕਿ ਬਾਰਿਸ਼ ਹੋ ਜਾਏਗੀ, ਲੇਕਿਨ ਪਾਣੀ ਬਾਅਦ ਜੇ ਰਾਤ ਨੂੰ ਕੰਮ ਅਸ ਕੰਮ 1.5-2 ਘੰਟੇ ਹੋ ਗਏ ਨੇ ਪਾਣੀ ਲਾਇਆ ਕਿਲੇ ਨੂੰ, ਅਜੇ ਤੱਕ ਮਤਲਬ ਕਿ ਪਾਣੀ ਵਿੱਚ ਨਹੀਂ ਹੋਇਆ, ਥੋੜ੍ਹਾ ਜਿਹਾ ਬਿਲਕੁਲ ਪਾਣੀ ਹੋਇਆ ਸੀ। ਵਿੱਚ ਭਰਨੇ ਹਾਂ ਅਤੇ ਨਾਲੇ ਜਿੱਦਾਂ ਪਾਣੀ ਪੀਂਦੇ ਹਾਂ, ਪਾਣੀ ਪੀ ਕੇ ਜਾ ਕੇ ਉੱਥੇ ਜਾ ਕੇ ਆਪਣਾ ਪਾਣੀ ਚੈੱਕ ਕਰਨੇ ਹਾਂ ਜੀ। ਇਹ ਦੇਖੋ ਮਾਸ਼ਾਅੱਲਾ ਪਿੱਛੇ ਮਾਲ ਪੇ ਨਵਾਉਂਦੇ ਨੇ, ਕੈਸਾ ਨਜ਼ਾਰਾ, ਕੈਸਾ ਖੂਬਸੂਰਤ ਹੈ। ਮੱਝਾਂ ਨੂੰ ਨਵਾਉਂਦੇ ਨੇ ਪੇ, ਸਾਰੀਆਂ ਮੱਝਾਂ ਜਿਹੜੀਆਂ ਨੇ ਆਲੂ ਦੇ ਵਿੱਚ ਗਰਮੀ ਦੀ ਵਜ੍ਹਾ 'ਤੇ ਠੰਡੀਆਂ ਹੋ ਰਹੀਆਂ ਨੇ, ਨਜ਼ਾਰਾ ਲੈ ਰਹੀਆਂ ਨੇ। ਮਮਤਾ ਸ਼ਰਫ ਦੂਛਾ ਸਾਹਿਬ ਜਿਹੜੇ ਨੇ ਉਹ ਮੱਝਾਂ ਆਪਣੀਆਂ ਨਵਾਉਂਦੇ ਨੇ ਪੇ ਅਤੇ ਨਜ਼ਾਰਾ ਲੈ ਰਹੇ ਨੇ। ਦੇਖੋ ਜੀ ਉਹ ਬਾਊਵਰੀ ਵੀ ਉਹਦੇ ਖਲੋਤੇ ਨੇ, ਕਾਫੀ ਧੁੱਪੇ ਮੱਝਾਂ ਵੀ ਜਿਹੜੀਆਂ ਨੇ ਗਰਮੀ ਦੀ ਵਜ੍ਹਾ ਤੋਂ ਇੰਨੀਆਂ ਮਤਲਬ ਪਰੇਸ਼ਾਨ ਹੋਈਆਂ ਨੇ ਅਤੇ ਇਸ ਟਾਈਮ ਆਲੂ ਦੇ ਵਿੱਚ ਮਾਸ਼ਾਅੱਲਾ ਪੂਰਾ ਠੰਡ ਅਤੇ ਇੰਜੋਇਮੈਂਟ ਮਾਹੌਲ ਹੋ ਰਿਹਾ ਅਤੇ ਮੱਝਾਂ ਨੂੰ ਨਵਾਉਂਦੇ ਨੇ ਪੇ। ਅਸੀਂ ਵੀ ਇਸ ਟਾਈਮ ਮੋਟਰ ਦੇ ਉੱਤੇ ਖਲੋਤੇ ਹਾਂ। ਹਾਏ ਹਾਏ ਹਾਏ, ਠੰਡਾ ਪਾਣੀ ਜਿਸ ਟਾਈਮ ਲੱਗਦਾ ਪੂਰਾ ਮਜ਼ਾ ਆਉਂਦਾ, ਪਾਣੀ ਪੀਂਦੇ ਹਾਂ ਤੂੰ ਅੱਗੇ ਦੀ ਤਰਫ ਜਾਂਦੇ ਹਾਂ, ਜਾ ਕੇ ਪਾਣੀ ਚੈੱਕ ਕਰਦੇ ਹਾਂ। ਬਹੁਤ ਯਾਰ ਹੈ, ਜ਼ਿਆਦਾ ਸਖਤ ਗਰਮੀ ਹੈ, ਕਾਫੀ ਦਿਨਾਂ ਤੋਂ ਗਰਮੀ ਪੈਂਦੀ ਬੜੀ ਹੈ ਪਈ, ਕਾਫੀ ਮਤਲਬ ਹੈ ਗਰਮੀ ਹੈ, ਲੇਕਿਨ ਬਾਰਿਸ਼ ਵੀ ਬਿਲਕੁਲ ਸਾਡੇ ਇਲਾਕੇ ਵੱਲ ਇਸ ਸਾਈਡ 'ਤੇ ਹੁੰਦੀ ਨਹੀਂ ਪਈ। ਕੱਲ੍ਹ ਕਾਫੀ ਬੱਦਲ ਬਣਿਆ, ਕਾਫੀ ਮਤਲਬ ਰਾਤ ਨੂੰ ਅਨੁਮਾਨ ਸਣ ਕੇ ਬਾਰਿਸ਼ ਆ ਜਾਣੀ ਹੈ, ਲੇਕਿਨ ਸਾਡੇ ਕੋਲ ਇੱਥੇ ਬਿਲਕੁਲ 1 ਕਤਰਾ ਵੀ ਬਾਰਿਸ਼ ਜਿਹੜੀ ਹੈ ਉਹ ਨਹੀਂ ਆਈ। ਇਹਦੇ ਨਾਲ ਅਲੀਪੁਰ ਚੱਠਾ ਸਾਈਡ ਵੱਲ ਕਾਫੀ ਬਾਰਿਸ਼ ਹੋਈ ਹੈ, ਬਹੁਤ ਜ਼ਿਆਦਾ ਬਾਰਿਸ਼ ਜਿਹੜੀ ਹੋਈ ਹੈ। ਉਮੀਦ ਤਾਂ ਆਵੇ ਇਨਸ਼ਾਅੱਲਾ ਅੱਜ ਯਕਮ ਨੂੰ ਪਏ, ਮਹਿਕਮਾ ਮੌਸਮੀਆਤ ਵਾਲੇ ਪਿਆ ਦੇ ਨੇ ਕਿ ਬਾਰਿਸ਼ ਆਵੇਗੀ ਇਨਸ਼ਾਅੱਲਾ ਲਾਜ਼ਮੀ। ਅੱਲਾਹ ਤਾਲਾ ਖੈਰ ਸਿਹਤ ਕਰੇ। ਜਿਹੜੇ ਕੱਦੂ ਵੀ ਨੇ ਕੁਝ ਇਹਨਾਂ ਲੋਕਾਂ ਦੀਆਂ ਮੁੰਨੀਆਂ ਇਸ ਟਾਈਮ ਲੱਗਣ ਵਾਲੀਆਂ ਨੇ, ਪਾਣੀ ਬਿਲਕੁਲ ਜਿਹੜੀਆਂ ਲੱਗੀਆਂ ਨੇ ਉਹ ਸੁੱਕ ਗਈਆਂ ਨੇ ਅਤੇ ਇਨਸ਼ਾਅੱਲਾ ਅੱਗੋਂ ਵੀ ਪਾਣੀ ਜਿਹੜਾ ਉਹ ਬਾਰਿਸ਼ ਹੋਵੇ ਦੀ ਅਤੇ ਜਲਦੀ ਜਲਦੀ ਜਿਹੜੀਆਂ ਮੁੰਨੀਆਂ ਨੇ ਉਹ ਲੱਗ ਜਾਂਦੀਆਂ ਨੇ। ਸ਼ੁਕਰ ਹੈ ਤੇਰੀ ਮਾਲਕ ਦਾ ਦਾਤ, ਲੱਖ ਦੇ ਦਾਤ ਬਾਰੇ ਬਹੁਤ ਜ਼ਬਰਦਸਤ ਅਤੇ ਪਿਆਰਾ ਦੇ ਜਿਵੇਂ ਨੈਸਲੇ ਦਾ ਪਾਣੀ ਹੈ, ਇਸ ਤਰ੍ਹਾਂ ਦਾ ਮਤਲਬ ਇਹਨਾਂ ਮੋਟਰਾਂ ਦਾ ਪਾਣੀ ਹੁੰਦਾ ਹੈ, ਕਿਉਂਕਿ ਕਾਫੀ ਬੋਰ ਜਿਹੜੇ ਨੇ ਕਾਫੀ ਬੋਰ ਹੈ ਡੂੰਘੇ ਹੋਏ ਮੇਰੇ। ਹਾਂ ਜੀ, ਹੁਣ ਬਿਲਕੁਲ ਆਲੂ ਦੇ ਵਿੱਚ ਜਾਂਦੇ ਹਾਂ ਜ਼ਰਾ ਕੁ। ਆਏ ਹੋਏ ਦੇਖੋ ਪਿੱਛੇ ਕਾਫੀ ਜ਼ਬਰਦਸਤ ਮਾਹੌਲ ਹੈ, ਬਹੁਤ ਨਜ਼ਾਰਾ ਖੂਬਸੂਰਤ ਹੈ। ਮੋਟਰ ਦੇ ਉੱਤੇ ਖਲੋਤੇ ਹਾਂ, ਇੱਥੇ ਮੱਝਾਂ ਨੂੰ ਫੁੱਲ ਬਟਾ ਫੁੱਲ ਜਿਹੜਾ ਨਵਾਈ ਜਾ ਰਹੇ ਨੇ, ਠੰਡਿਆ ਕਰੀ ਜਾਂਦੇ ਨੇ। ਅਸੀਂ ਵੀ ਥੋੜ੍ਹਾ ਜਿਹਾ ਆਏ ਮੋਟਰ ਦੇ ਵਿੱਚ ਨਜ਼ਾਰਾ ਲੈਂਦੇ ਹਾਂ।
ਅਤੇ ਫਿਰ ਅੱਗੇ ਦੀ ਤਰਫ ਜਾਂਦੇ ਹਾਂ ਅਤੇ ਜਾ ਕੇ ਪਾਣੀ ਆਪਣਾ ਚੈੱਕ ਕਰਕੇ ਆਉਂਦੇ ਹਾਂ। ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਡੰਗਰ ਨੇ, ਵੇਖੋ ਮਾਸ਼ਾਅੱਲਾ ਪਲੇ ਡੰਗਰ ਨੇ, ਕਾਫੀ ਦੁੱਧ ਦੇਣ ਵਾਲੇ ਨੇ, ਅਤੇ ਜਿਹਨਾਂ ਨੂੰ ਬਿਲਕੁਲ ਠੰਡਿਆ ਕਰੀ ਆਉਂਦੇ ਨੇ ਤਾਂ ਕਿ ਰਾਤ ਨੂੰ ਇਹ ਦੁੱਧ ਜਿਹੜਾ ਬੜਾ ਆਸਾਨੀ ਨਾਲ ਦੇਣ। ਥੋੜ੍ਹੀ ਦੇਰ ਤੋਂ ਬਾਅਦ ਇਹਨਾਂ ਨੂੰ ਪੱਠੇ ਪਾਉਂਦੇ ਨੇ ਅਤੇ ਮਾਣ ਤੋਂ ਬਾਅਦ ਚਲੋ ਹੁਣ ਚੱਲਦੇ ਹਾਂ ਅੱਗੇ ਜਾ ਕੇ ਆਪਣਾ ਪਾਣੀ ਜਿਹੜਾ ਉਹ ਚੈੱਕ ਕਰਕੇ ਅਸੀਂ ਆਉਂਦੇ ਹਾਂ। ਹਾਂਜੀ ਇਸ ਵਕਤ ਕਾਫੀ ਖੂਬਸੂਰਤ ਅਤੇ ਪਿਆਰਾ ਨਜ਼ਾਰਾ, ਦੇਖੋ ਮਾਸ਼ਾਅੱਲਾ ਸਾਰੇ ਹਵੇਲੀ ਦੇ ਵਿੱਚ ਜਾਨਵਰ ਵੀ ਵੱਜੇ ਨੇ ਅਤੇ ਇੱਥੋਂ ਦਾ ਤੁਹਾਨੂੰ ਬਿਲਕੁਲ ਜ਼ਬਰਦਸਤ ਅਤੇ ਪਿਆਰਾ ਮਾਹੌਲ ਵਿਖਾਉਂਦੇ ਹਾਂ। ਵੇਖੋ ਮੋਟਰਾਂ ਚੱਲ ਰਹੀਆਂ ਨੇ, ਡੰਗਰ ਨਹਾ ਰਹੇ ਨੇ ਔਲਵਾਂ ਦੇ ਵਿੱਚ, ਨਾਲ ਮਤਲਬ ਜਵਾਰਾਂ ਬਿਲਕੁਲ ਰੂਜ 'ਤੇ ਗਈਆਂ ਨੇ, ਗਰਮੀ ਬਿਲਕੁਲ ਜ਼ਬਰਦਸਤ ਅਤੇ ਬਹੁਤ ਕਾਫੀ ਗਰਮੀ ਹੈ। ਹੁਣ ਅੱਗੇ ਦੀ ਤਰਫ ਜਾਂਦੇ ਹਾਂ ਅਤੇ ਜਾ ਕੇ ਤੁਹਾਨੂੰ ਮਤਲਬ ਸਾਰਾ ਅੱਗੋਂ ਦਾ ਮਾਹੌਲ ਵਿਖਾਉਂਦੇ ਹਾਂ, ਜਾ ਕੇ ਨਾਲੇ ਆਪਣੇ ਪੱਠੇ ਚੈੱਕ ਕਰਨੇ ਹਾਂ। ਜਵਾਰ ਨੂੰ ਪਾਣੀ ਲਾਇਆ ਸੀ ਮਮਦਾ ਸ਼ਰਮ ਮੱਲੀ ਸਾਹਿਬ, ਵੇਖੋ ਦੁੱਛਾ ਸਾਹਿਬ ਜਿਹੜੇ ਨੇ, ਵੇਖੋ ਨਾ ਥੱਲੇ ਸਲਵਾਰ ਹੋਰ ਅਤੇ ਕਮੀਜ਼ ਹੋਰ ਪਾਈ ਹੈ ਸਾਰਾ ਦਿਨ ਮਤਲਬ। ਹਾਂਜੀ ਹੁਣ ਅੱਗੇ ਦੀ ਤਰਫ ਜਾ ਰਹੇ ਹਾਂ, ਬਿਲਕੁਲ ਜਾ ਕੇ ਉੱਥੇ ਪਾਣੀ ਚੈੱਕ ਕਰਨੇ ਹਾਂ। ਹੁਣ ਮੋਟਰ ਤੋਂ ਅੱਗੇ ਜਾਂਦੇ ਹਾਂ, ਚਲੋ ਬਾਈ ਚਲੋ ਡੰਗਰੋਂ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ ਡੰਗਰ ਸਾਰੇ। ਹੁਣ ਬਿਲਕੁਲ ਜੀ ਡੰਗਰ ਅੱਗੇ ਦੀ ਤਰਫ ਜਾ ਰਹੇ ਨੇ, ਇਹ ਵੇਖੋ ਇਹ ਕਾਫੀ ਜ਼ਬਰਦਸਤ ਪਿਆਰੀ ਮਤਲਬ ਇਹ ਝੋਟੀ ਹੈ ਜਿਹੜੀ ਪਿੱਛੇ ਰਹਿ ਗਈ ਅਤੇ ਬਹੁਤ ਦੁੱਧ ਦੇਣ ਵਾਲੀ ਹੈ। 16 ਲੀਟਰ ਦੁੱਧ ਦਿੰਦੀ ਹੈ ਬਕਾਇਦਾ ਹਰ ਰੋਜ਼, 16 ਲੀਟਰ ਦੁੱਧ ਦੇਣ ਵਾਲੀ ਜਿਹੜੀ ਮੱਝ ਅਤੇ ਜਾਨਵਰ ਜਿਹੜਾ ਡੰਗਰ ਹੁੰਦਾ ਉਹ ਬੜਾ ਮਤਲਬ ਕੀਮਤੀ ਹੁੰਦਾ, ਕੰਮ ਅਜ਼ ਕੰਮ ਇਹ ਸਮਝੋ 6 ਤੋਂ 7 ਲੱਖ ਦੀ ਜਿਹੜੀ ਹੈ ਨਾ ਇਹ ਝੋਟੀ ਹੈ, ਬਲਕਿ ਇੱਦੋਂ ਵੀ ਉੱਤੇ ਹੋ ਸਕਦੀ ਹੈ। ਜਿਹੜੇ ਮਤਲਬ ਜੱਟ ਭਾਈ ਇਹਨਾਂ ਜਾਨਵਰਾਂ ਨੂੰ ਜਾਣਦੇ ਨੇ, ਜਿਹੜਾ ਜਿੰਨਾ ਡੰਗਰ ਸ਼ੰਗਰ ਮੱਝਾਂ ਰੱਖੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਇੰਨਾ ਦੁੱਧ ਦੇਣ ਵਾਲੀ ਜਿਹੜੀ ਮੱਝ ਹੁੰਦੀ ਹੈ ਉਹ ਮਤਲਬ ਕਿੰਨਿਆਂ ਕੁ ਪੈਸਿਆਂ ਦੀ ਹੁੰਦੀ ਹੈ। ਇਹ ਜੀ ਖੋਤਾ ਵਜੇ ਆਵੇ, ਵੇਖੋ ਕਾਫੀ ਗਰਮੀ ਹੈ, ਖੋਤੇ ਨੂੰ ਵੀ ਲੱਗਦੀ ਹੈ, ਖੋਤਾ ਜਿਹੜਾ ਉਹਨੂੰ ਲੰਘੇ ਆ ਇੱਥੇ ਬਕਾਇਦਾ, ਇਹ ਪਿੱਛੋਂ ਰੱਸੀ ਬੰਨੀ ਹੈ ਕਿਉਂਕਿ ਇਹ ਜਿਹੜਾ ਨਾਲ ਫਸਲਾਂ ਜਿਹੜੀਆਂ ਨੇ ਜ਼ਾਇਆ ਨਾ ਕਰਨ। ਇਹ ਵੇਖੋ ਜੀ ਖੋਤਾ ਸਾਹਿਬ, ਇਹ ਖੋਤਾ ਸਾਹਿਬ ਅੱਗੇ ਆ ਗਏ, ਹੁਣ ਇਹਦਾ ਦਿਲ ਕਰਦਾ ਮੈਂ ਪਾਣੀ ਦੇ ਵਿੱਚ ਛਾਲ ਮਾਰ ਕੇ ਜਿਹੜਾ ਅੱਗੇ ਦੀ ਤਰਫ ਨਿਕਲ ਜਾ, ਕੰਨ ਚੁੱਕੇ ਸੁ ਕੁੜੀ ਜਾਵੇ ਨੇ। ਇਹ ਵੇਖੋ ਜੀ ਖੋਤਾ ਸਾਹਿਬ ਪਰਾਂ ਚਲੋ, ਹਾਂਜੀ ਇਹਨੂੰ ਬਕਾਇਦਾ ਲੱਤੋਂ ਲੰਘ ਦਿੱਤੇ ਆ ਤਾਂ ਕਿ ਇੱਦੇ ਨੁਕਸਾਨ ਨਾ ਕਰੇ। ਹਾਂਜੀ ਹੁਣ ਪਿੱਛੇ ਅਸੀਂ ਜਾ ਰਹੇ ਹਾਂ ਖਾਲ ਦੇ ਨਾਲ ਨਾਲ ਅੱਗੇ ਜਾ ਕੇ ਆਪਣਾ ਪਾਣੀ ਚੈੱਕ ਕਰਨੇ ਹਾਂ ਅਤੇ ਨਾਲ ਇੱਥੇ ਜਵਾਰ ਨੂੰ ਵੀ ਪਾਣੀ ਲਾਇਆ ਅਸੀਂ ਉਹ ਵੀ ਚੈੱਕ ਕਰਨੇ ਹਾਂ। ਇਹ ਵੇਖੋ ਇਹ ਨਾਲ ਦੋਸਤ ਹੈ ਆਪਣਾ ਚਾਚੇ ਦਾ ਬੇਟਾ, ਉਹਨੇ ਵੀ ਆਪਣੇ ਇੱਥੇ ਡੰਗਰ ਛਾਵੇਂ ਬੰਨੇ ਨੇ। ਇਹ ਪਿੰਡਾਂ ਦਾ ਅਤੇ ਮਤਲਬ ਡੇਰਿਆਂ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਮਤਲਬ ਦੇਸੀ ਮਾਹੌਲ ਹੁੰਦਾ ਹੈ। ਵੇਖੋ ਧੁੱਪ ਦੇ ਵਿੱਚ ਕੈਸੇ ਨਜ਼ਾਰੇ ਅਤੇ ਕੈਸੇ ਪਿੱਛੇ ਲਹਿਰਾਉਂਦੇ ਖੇਤ ਨੇ ਅਤੇ ਜਵਾਰਾਂ ਨੇ ਉੱਤੋਂ ਕਾਫੀ ਮਤਲਬ ਧੁੱਪਾਂ ਨੇ, ਨਾਲ ਹੈ ਥੱਲੇ ਸਫੈਦਿਆਂ ਦੇ ਥੱਲੇ ਡੰਗਰ ਵੱਜੇ ਨੇ, ਕੈਸਾ ਖੂਬਸੂਰਤ ਜ਼ਬਰਦਸਤ ਨਜ਼ਾਰਾ ਹੈ। ਇਹ ਪਿੰਡਾਂ ਦੇ ਐਸੇ ਹੀ ਮਾਹੌਲ ਨੇ ਜੀ। ਇਹ ਸਾਡੇ ਤੁਹਾਨੂੰ ਇਹ ਜਿਹੜਾ ਇਹ ਦੁੱਛਾ ਚੈਨਲ ਹੈ, ਇਸ ਤਰ੍ਹਾਂ ਦੀਆਂ ਅਸੀਂ ਤੁਹਾਨੂੰ ਹਰ ਰੋਜ਼ ਦੇਸੀ ਵੀਡੀਓ ਬਣਾ ਕੇ ਆਪਣੇ ਡੇਰਿਆਂ ਦੀਆਂ ਮਾਲ ਡੰਗਰ ਦੀਆਂ ਆਪਣੀਆਂ ਜ਼ਮੀਨਾਂ ਦੀਆਂ ਤੁਹਾਨੂੰ ਬਣਾ ਕੇ ਅਸੀਂ ਰੋਜ਼ ਘੱਲਦੇ ਰਹਿੰਦੇ ਹਾਂ। ਹਾਂਜੀ ਹੁਣ ਵੇਖੋ ਇਹ ਅੱਗੇ ਲਾਭ ਹੈ, ਇਹ ਲਾਭ ਵੀ ਬਿਲਕੁਲ ਸ਼ੁਰੂ ਹੋ ਚੁੱਕੀ ਹੈ, ਪਿੱਛੇ ਸਾਰੇ ਪੱਠੇ ਨੇ ਅੱਗੇ ਖਾਲ ਦੇ ਨਾਲ ਨਾਲ ਬਿਲਕੁਲ ਕਿਨਾਰੇ ਦੇ ਉੱਤੇ ਉੱਤੇ ਮੈਂ ਜਾ ਰਿਹਾ ਵਾਂ। ਇਹ ਬਿਲਕੁਲ ਤੁਹਾਨੂੰ ਨਜ਼ਰ ਆ ਰਿਹਾ ਬਿਲਕੁਲ ਥੋੜ੍ਹੀ ਦੇਰ ਤੋਂ ਬਾਅਦ ਇੱਦੇ ਅੱਗੇ ਜਿੱਦੇ ਮੈਂ ਵਾਂਡੇ ਹੀ ਪਾਣੀ ਲਾਏ ਹੈ, ਇਹ ਮੂੰਹਾਂ ਜੀ ਇਸ ਮੂੰਹੇ 'ਤੇ ਆ ਗਿਆ ਬਿਲਕੁਲ। ਇਹ ਵੇਖੋ ਇਹ ਢੱਕਣ ਸੀ ਇਹਦੇ ਉੱਤੇ, ਇਹ ਢੱਕਣ ਇਹਨੂੰ ਪਿਛਾਂ ਕਰ ਦਿੱਤਾ ਅਤੇ ਇੱਦੇ ਅੱਗੇ ਖਾਲ ਦੀ ਤਰਫ ਪਾਣੀ ਲਾ ਦਿੱਤਾ। ਹੁਣ ਮੈਂ ਇੱਦੇ ਅੱਗੇ ਦੀ ਤਰਫ ਜਾ ਰਿਹਾ ਵਾਂ, ਇਹ ਸਾਈਡ 'ਤੇ ਖਾਲ ਬਿਲਕੁਲ ਸਿੱਧਾ, ਉੱਥੇ ਮੇਰੀ ਪੈਲੀ ਜਾਂਦਾ, ਉੱਥੇ ਜਾ ਕੇ ਪਾਣੀ ਚੈੱਕ ਕਰਨੇ ਆ। ਸੁਬਹਾ ਇਨਸ਼ਾਲਾ ਮੈਂ ਵੀ ਮੂੰਜੀ ਜਿਹੜੀ ਹੈ ਸ਼ੁਰੂ ਕਰ ਦੇਣੀ ਹੈ, ਮੈਂ ਵੀ ਮੂੰਜੀ ਜਿਹੜੀ ਹੈ ਲਾਉਣੀ ਹੈਗੀ।
ਹਾਂ ਜੀ ਹੁਣ ਅੱਗੇ ਦੀ ਤਰਫ ਜਾ ਰਹੇ ਹਾਂ, ਬਿਲਕੁਲ ਖੂਬਸੂਰਤ ਤੇ ਪਿਆਰਾ ਨਜ਼ਾਰਾ ਹੈ। ਇਹ ਨਾਲ ਪਿੱਛੇ ਇਹ ਜਵਾਰ ਸੀ, ਇਹਨੂੰ ਪਾਣੀ ਲਾਇਆ, ਮਾਸ਼ਾਅੱਲਾ ਸਾਰੀ ਇਹ ਜਿਹੜੀ ਇਹ ਪਿੱਛੋਂ ਪੀਸ ਗਈ ਹੈ, ਜਵਾਰ ਵੀ ਪੀਸ ਗਈ ਹੈ। ਹੁਣ ਜਵਾਰ ਤੋਂ ਬਾਅਦ ਜਿਹੜਾ ਅੱਗੇ ਪਾਣੀ ਹੁਣ ਲਾਇਆ ਨਾਲ ਮੁੰਜੀ ਨੂੰ, ਉਹਦੇ ਦੀ ਤਰਫ ਜਾ ਰਹੇ ਹਾਂ, ਤੁਹਾਨੂੰ ਜਾ ਕੇ ਵਿਖਾਉਂਦੇ ਹਾਂ। ਕਾਫੀ ਖੂਬਸੂਰਤ ਤੇ ਜ਼ਬਰਦਸਤ ਨਾਲ ਹਵਾ ਵੀ ਚੱਲ ਰਹੀ ਹੈ ਅਤੇ ਗਰਮੀ ਵੀ ਬੜੀ ਸ਼ਿੱਦਤ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਟਾਈਮ। ਹਾਂਜੀ ਹੁਣ ਇਸ ਵਕਤ ਬਿਲਕੁਲ ਜਵਾਰ ਦੇ ਸਾਹਮਣੇ ਚੱਲਣੇ ਹਾਂ, ਬਿਲਕੁਲ ਮਾਸ਼ਾਅੱਲਾ ਰੋਜ਼ ਵੱਢ ਕੇ ਇਹ ਜਵਾਰ ਪਾਈ ਦੀ, ਇੱਕ ਐਸਾ ਖੂਬਸੂਰਤ ਅਤੇ ਪਿਆਰਾ ਨਜ਼ਾਰਾ ਜਵਾਰ ਦਾ ਵੀ। ਹਾਂਜੀ ਬਿਹਤਰੀਨ ਅਤੇ ਜ਼ਬਰਦਸਤ ਜਵਾਰ ਹੈ, ਇਹ ਵੇਖੋ। ਹੁਣ ਮੈਂ ਖਾਲ ਦੇ ਕਿਨਾਰੇ ਕਿਨਾਰੇ 'ਤੇ ਅੱਗੇ ਜਾ ਰਿਹਾ, ਬਿਲਕੁਲ ਵੇਖੋ ਨਾਲ ਖਾਲ ਦੇ ਉੱਤੇ ਕਾਫੀ ਮਤਲਬ ਹੈ ਡੱਬ ਦੁੱਬ ਵੀ ਹੈ, ਇਹ ਵੀ ਇੱਕ ਦੋ ਦਿਨ ਤੱਕ ਵਿੱਚੋਂ ਵੱਢ ਦਿਆਂਗੇ ਤਾਂ ਕਿ ਸਾਰਾ ਕਿਨਾਰਾ ਜਿਹੜਾ ਇਹ ਖਾਲੀ ਹੋ ਜਾਏ ਜੀ। ਹਾਂ ਬਿਲਕੁਲ ਜਵਾਰ ਦੇ ਨਾਲ ਨਾਲ ਜਾ ਰਹੇ ਹਾਂ ਜੀ, ਕੈਸਾ ਖੂਬਸੂਰਤ ਨਜ਼ਾਰਾ ਵੀ ਹੈ ਜੀ, ਅਤੇ ਗਰਮੀ ਵੀ ਯਾਰ ਬਿਲਕੁਲ ਲੱਗੀ ਹੈ। ਤੁਸੀਂ ਜਿਹੜੇ ਜੀ ਸਮਝਦੇ ਹੋ ਉਹਦੇ ਕਿ ਗਰਮੀ ਬਿਲਕੁਲ ਕੋ ਨਹੀਂ, ਇੱਥੇ ਇਸ ਡੱਕੇ ਦੇ ਉੱਤੇ ਨਾ ਕੋਈ ਹਵਾ ਪੈਂਦੀ ਹੈ ਵੀ ਕੋਈ, ਬਿਲਕੁਲ ਇੱਥੇ ਕਮ ਅਜ਼ ਕਮ ਇੱਕ ਮਿੰਟ ਖਲੋਵੋ ਅਤੇ ਕਾਫੀ ਪਸੀਨਾ ਆ ਜਾਏਗਾ, ਕਾਫੀ ਗਰਮੀ ਇੱਥੇ ਲੱਗ ਰਹੀ ਹੈ, ਬਿਲਕੁਲ ਚਵਾਂ ਪਾਸਿਓਂ ਮੁੰਦੀਆਂ ਲੱਗੀਆਂ ਨੇ, ਭੜਾਸ ਵੀ ਪੈਂਦੀ ਹੈ ਵੀ ਕਾਫੀ ਜ਼ਬਰਦਸਤ ਇੱਥੇ ਜਿਹੜਾ ਗਰਮ ਹਵ ਮਤਲਬ ਮੌਸਮ ਹੈ ਇੱਥੇ। ਯਾ ਅੱਲਾ ਤੇਰਾ ਸ਼ੁਕਰ ਹੈ ਜਿਹੜਾ ਤੂੰ ਨਾਲ ਹਵਾ ਵੀ ਚਲਾਈ ਹੈ। ਲੋ ਜੀ ਇਹ ਹੁਣ ਇੱਥੇ ਮੂੰਹਾਂ ਦੇ ਉੱਤੇ ਆ ਗਿਆ, ਇਹ ਬਿਲਕੁਲ ਮੂੰਹਾਂ ਲੱਗਿਆ ਦੇ ਜੀ, ਇਹ ਸਾਹਮਣੇ ਲਾਭ ਹੈ ਮੇਰੀ ਅਤੇ ਇਹ ਸਾਹਮਣੇ ਜਨਾਬ ਇਹ ਮੂੰਹਾਂ ਇੱਥੋਂ ਜਾ ਰਿਹਾ ਅੱਗੇ ਇਹ ਸਾਈਡ 'ਤੇ, ਇਹ ਨਾਲ ਟਾਹਲੀ ਹੈ ਬੜਾ ਯਾਰ ਤੰਗ ਕਰਦੀ ਹੈ, ਇੱਥੋਂ ਲੱਗਣ ਲੱਗਿਆ ਬੜਾ ਮਸਲਾ ਬਣਦਾ, ਇੱਥੋਂ ਲੱਗਣ ਲੱਗਿਆ ਜਿਸ ਟਾਈਮ ਵੀ ਇੱਥੋਂ ਅੱਗੇ ਦੀ ਤਰਫ ਜਾਈਦਾ ਇੱਥੋਂ ਕਾਫੀ ਮਸਲਾ ਬਣਦਾ ਮੇਰਾ ਦਿਲ ਹੈ ਕਿ ਇਹਨੂੰ ਨਾ ਇੱਥੋਂ ਕੁਹਾੜੀ ਦੇ ਨਾਲ ਉਹ ਬੰਦਾ ਜਿਹੜਾ ਥੋੜ੍ਹਾ ਜਿਹਾ ਵੱਢ ਦੇਵੇ ਤਾਂ ਕਿ ਰਾਤ ਨੂੰ ਇੱਥੋਂ ਅਕਸਰ ਪਾਣੀ ਲਾਈਦਾ ਅਤੇ ਬੜਾ ਤੰਗ ਜਿਹੜੀ ਇਹ ਕਰਦੀ ਹੈ, ਨਾਲ ਵੱਜਦੀ ਹੈ। ਕੱਲ੍ਹ ਮੈਂ ਰਾਤੀ ਇੱਥੋਂ ਲੱਗਾ ਵਾਂ, ਪਾਣੀ ਲਾਇਆ ਸੀ ਬਿਲਕੁਲ ਸਿੱਧੀ ਸਿਰ ਦੇ ਵਿੱਚ ਜਿਹੜੀ ਹੈ ਦੜਾ ਲਵੱਜੀ। ਹਾਂਜੀ ਹੁਣ ਅੱਗੇ ਖਾਲ ਸਿੱਧਾ ਪਾਣੀ ਤਰਫ ਜਾ ਰਿਹਾ, ਮੈਂ ਖਾਲ ਸਾਰਾ ਕੱਢ ਵੀ ਦਿੱਤਾ, ਵੇਖੋ ਤੁਹਾਨੂੰ ਨਜ਼ਰ ਆ ਰਿਹਾ ਸਾਫ਼ ਹੈ। ਹੁਣ ਅੱਗੇ ਦੀ ਤਰਫ ਜਾਂਦੇ ਹਾਂ ਬਿਲਕੁਲ ਜੀ, ਇਹ ਬਿਲਕੁਲ ਪਹੁੰਚ ਗਏ ਹਾਂ ਜਿੱਥੇ ਪਾਣੀ ਲੱਗੇ ਆ ਜੀ। ਹਾਂ ਅਤੇ ਹੋਰ 10-15 ਮਿੰਟ ਤੱਕ ਪਾਣੀ ਹੋ ਜਾਣਾ, ਇਹ ਬਿਲਕੁਲ ਅਸੀਂ ਮੂੰਹਾਂ ਦੇ ਉੱਤੇ ਪਹੁੰਚ ਗਏ ਹਾਂ ਜੀ, ਇਹ ਮੂੰਹਾਂ ਜਿੱਥੇ ਅਸੀਂ ਪਹੁੰਚ ਗਏ ਹਾਂ। ਹੁਣ ਮੈਂ ਟੱਪ ਕੇ ਅੱਗੇ ਦੀ ਤਰਫ ਜਾਂਦਾ, ਓਏ ਓਏ ਇਹ ਪੈਲੀ ਦੇ ਵਿੱਚ ਪਾਣੀ ਲੱਗਿਆ, ਸਾਰੀਆਂ ਬਣੀਆਂ ਛਣੀਆਂ ਤਿਆਰ ਕਰ ਦਿੱਤੀਆਂ ਨੇ। ਹਾਂਜੀ ਹੋਰ ਅੱਧੇ ਘੰਟੇ ਤੱਕ ਪਾਣੀ ਇਨਸ਼ਾਅੱਲਾ ਇਹਦੇ ਵਿੱਚ ਸਾਰਾ ਹੋ ਜਾਏਗਾ ਅਤੇ ਇਹ ਕੱਦੂ ਸਾਰਾ ਤਿਆਰ ਹੋ ਜਾਏਗਾ, ਅਤੇ ਪਿਛਲੇ ਟਾਈਮ ਜਿਹੜੇ ਬੰਦੇ ਨੇ ਇੱਥੇ ਲਾਭ ਪੱਟਣਗੇ ਅਤੇ ਅਸੀਂ ਇਨਸ਼ਾਅੱਲਾ ਸੁਬਹਾ ਜਿਹੜਾ ਇੱਥੇ ਮੁੰਡੇ ਆ ਕੇ ਅਤੇ ਇਹਨੂੰ ਲਾਭ ਨੂੰ ਲਾ ਦੇਣ ਦੇ ਅਤੇ ਮੁੰਜੀ ਜਿਹੜੀ ਲੱਗ ਜਾਏਗੀ, ਫਿਰ ਅੱਲਾਹ ਤਾਲਾ ਖੈਰ ਖੇਤ ਰੱਖੇ। ਇਸੇ ਤਰ੍ਹਾਂ ਰੋਜ਼ ਪਾਣੀ ਛਾਣੀ ਪੈਂਦਾ ਰਹੇ ਕਰਦਾ ਅਤੇ ਮੁੰਜੀ ਆਸਤਾ ਜਿਹੜੀ ਫਿਰ ਅੱਗੇ ਦੀ ਤਰਫ ਚਲੀ ਜਾਏਗੀ, ਅਤੇ ਜਿਵੇਂ ਜਿਵੇਂ ਬੂਟਾ ਨਸ਼ੋ ਨਮਾ ਕਰਦਾ ਜਾਏਗਾ ਅਤੇ ਨਾਲ ਨਾਲ ਅਸੀਂ ਉਹਨੂੰ ਖਾਦ ਸ਼ਾਦ ਵੀ ਪਾਉਂਦੇ ਜਾਵਾਂਗੇ। ਹਾਂਜੀ ਇਹ ਬਿਲਕੁਲ ਆਪਣੀ ਵੰਡ ਦੇ ਉੱਤੇ ਆ ਗਏ ਹਾਂ, ਹੁਣ ਪਿੱਛੇ ਦੀ ਤਰਫ ਜਾਂਦੇ ਹਾਂ, ਤੁਹਾਨੂੰ ਸਾਰਾ ਵਿਊ ਵੰਡ ਦਾ ਵੀ ਵਿਖਾਉਂਦੇ ਹਾਂ ਜੀ। ਵੇਖੋ ਮਾਸ਼ਾਅੱਲਾ ਕਾਫੀ ਖੂਬਸੂਰਤ ਖੇਤ ਲੱਗ ਰਹੇ ਨੇ, ਉਹ ਪਿਛਲੀ ਸਾਈਡ 'ਤੇ ਵੀ ਸਾਰੀ ਮੁੰਦੀਆਂ ਲੱਗ ਗਈਆਂ ਨੇ, ਇਹ ਨਾਲ ਵੀ ਬਿਲਕੁਲ ਲੱਗਣ ਵਾਲੀ ਹੈ। ਇਹ ਹੁਣ ਸੁਬਹਾ ਇਨਸ਼ਾਅੱਲਾ ਇੱਥੇ ਅਸੀਂ ਸ਼ੁਰੂ ਕਰ ਦਿਆਂਗੇ ਜੀ। ਹੁਣ ਇੱਥੋਂ ਜਾਂਦੇ ਹਾਂ ਜੀ, ਇਹ ਨਾਲ ਆਪਣੀ ਜਵਾਰ ਜਿੱਥੋਂ ਪਿਆਈ ਹੈ ਖਲੋਨੇ ਹਾਂ 2 ਮਿੰਟ ਯਾਰ, ਇੱਥੇ ਆਪਣੇ ਨਾਲ ਇਹਨਾਂ ਦਰਖਤਾਂ ਦੇ ਨਾਲ ਇੱਥੇ ਖਲੋਨੇ ਹਾਂ, ਆਸਤਾ 2 ਮਿੰਟ ਸਾਹ ਵੀ ਨਾਲੇ ਲੈਂਦੇ ਹਾਂ ਅਤੇ ਥੋੜ੍ਹਾ ਜਿਹਾ ਆਏ ਹੋਏ ਕਾਫੀ ਗਰਮੀ ਹੈ ਯਾਰ, ਓਏ ਹੋਏ ਹੋਏ ਇਹ ਜਵਾਰ ਥੱਲੇ ਪੀਚੀ ਹੈ ਸਾਰੀ। ਹਾਂਜੀ ਇੱਥੇ 2 ਮਿੰਟ ਸਾਹ ਵੀ ਲੈਂਦੇ ਹਾਂ, ਇੱਥੇ ਟਾਹਲੀ ਦੇ ਥੱਲੇ ਖਲੋ ਕੇ ਅਤੇ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਜਾਂਦੇ ਹਾਂ।
ਹਾਂਜੀ, ਸਾਡੇ ਅੱਜ ਦੇ ਇਸ ਵਲੋਗ ਨੂੰ, ਦੁੱਛਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਜਲਦੀ ਜਲਦੀ ਕਰੋ ਇਹਨੂੰ, ਮਤਲਬ ਸਾਡੇ ਇਸ ਚੈਨਲ ਨੂੰ, ਦੁੱਛਾ ਚੈਨਲ ਨੂੰ, ਦੇਸੀ ਚੈਨਲ ਨੂੰ ਜਲਦੀ ਜਲਦੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਕੇ, ਅਤੇ ਜਿਹੜਾ ਜੇ ਮਤਲਬ ਇਹਨੂੰ ਵੇਖੋ ਅਤੇ ਤੁਹਾਨੂੰ ਜ਼ਬਰਦਸਤ ਅਤੇ ਮਤਲਬ ਪਿਆਰੀ ਪਿਆਰੀ ਵੀਡੀਓ ਇਹਦੇ 'ਚੋਂ ਮਤਲਬ ਮਿਲਣ ਦੀਆਂ, ਅਤੇ ਬਹੁਤ ਜ਼ਬਰਦਸਤ ਮਤਲਬ ਦੇਸੀ ਮਤਲਬ ਵੰਡਾਂ ਦੇ ਬਾਰੇ, ਲਾਭਾਂ ਦੇ ਬਾਰੇ 'ਚ, ਖੇਤਾਂ ਦੇ ਬਾਰੇ, ਇਹ ਬਹੁਤ ਬਿਹਤਰੀਨ ਮਤਲਬ ਆ ਜਿਹੜੇ ਜਵਾਰਾਂ ਦੇ ਪੱਠੇ ਜਿਹੜੇ ਨੇ ਲੱਗੇ ਨੇ ਉਹਨਾਂ ਦੇ ਬਾਰੇ ਤੁਹਾਨੂੰ ਮਤਲਬ ਇਹਦੇ 'ਚ ਗੱਲਾਂ ਬਾਤਾਂ ਲੱਭਣੀਆਂ। ਹਾਂਜੀ, ਹੁਣ ਅੱਗੇ ਦੀ ਤਰਫ ਅਸੀਂ ਜਾਂਦੇ ਹਾਂ ਵੀ ਇੱਥੇ ਪਾਣੀ ਵੇਖ ਲਿਆ, ਮਾਸ਼ਾਅੱਲਾ ਪਾਣੀ ਸਾਰਾ ਹੋ ਗਿਆ। ਐ ਹੁਣ ਸਾਹਮਣੇ ਮੈਂ ਪਾਣੀ ਇੱਥੇ ਜਵਾਰ ਨੂੰ ਲਾਇਆ ਸੀ, ਇੱਥੋਂ ਜਵਾਰ ਵੱਢ ਲਈਏ, ਅਤੇ ਇਹ ਪਾਣੀ ਲਾਇਆ ਸੀ, ਮਾਸ਼ਾਅੱਲਾ ਪਾਣੀ ਸਾਰਾ ਇਹ ਵੀ ਹੋ ਗਿਆ ਵੇ। ਹੁਣ ਅੱਗੇ ਦੀ ਤਰਫ ਅਸੀਂ ਜਾਂਦੇ ਹਾਂ ਵੀ ਬਿਲਕੁਲ ਬੰਨੀ ਦੇ ਉੱਤੇ ਉੱਤੇ ਜਾਂਦੇ ਹਾਂ, ਉੱਥੇ ਹੀ ਆਪਣੇ ਡੇਰੇ 'ਤੇ ਬਹਿੰਦੇ ਹਾਂ, ਜਾ ਕੇ ਮੋਟਰ 'ਤੇ ਫਿਰ ਦੁਬਾਰਾ ਪਾਣੀ ਪੀਂਦੇ, ਕਿਉਂਕਿ ਪਿਆਸ ਇੰਨੀ ਦੇਰ ਨੂੰ ਦੁਬਾਰਾ ਫਿਰ ਲੱਗ ਜਾਂਦੀ ਹੈ। ਹੁਣ ਕਾਫੀ ਪਸੀਨਾ ਆ ਗਏ ਹੈ। ਹਾਂਜੀ, ਵੇਖੋ ਬਹੁਤ ਸਖਤ ਧੁੱਪ ਹੈ, ਬਹੁਤ ਜ਼ਿਆਦਾ, ਨਾਲ ਗਰਮੀ ਵੀ ਲੱਗ ਰਹੀ ਹੈ, ਅਤੇ ਇਹ ਨਾਲ ਪੱਠੇ ਜਿਹੜੇ ਨੇ ਜਵਾਰ ਦੇ ਉਹ ਪਿਆ ਦਿੱਤੇ ਨੇ। ਹੁਣ ਅੱਗੇ ਦੀ ਤਰਫ ਜਾਂਦੇ ਹਾਂ ਮਾਸ਼ਾਅੱਲਾ, ਆਸਤਾ ਆਸਤਾ ਹੁਣ ਡੇਰੇ ਦੀ ਤਰਫ, ਉੱਥੇ ਮੋਟਰ ਦੇ ਕੋਲ ਜਾਂਦੇ ਹਾਂ, ਉੱਥੇ ਫਿਰ ਦੁਬਾਰਾ ਪਾਣੀ ਪੀ ਕੇ ਉੱਥੇ ਮੰਜੇ 'ਤੇ ਬਹਿੰਦੇ ਹਾਂ, ਨਾਲੇ ਇੱਕ ਦੋ ਸੂਟਾਂ ਵੀ ਲਾਉਂਦੇ ਹਾਂ। ਓਏ ਹੋਏ ਹੋਏ, ਬਹੁਤ ਯਾਰ ਜ਼ਿਆਦਾ ਸਖਤ ਗਰਮੀ ਹੈ, ਬਹੁਤ ਗਰਮੀ ਹੈ। ਅੱਲਾ ਤਾਲਾ ਅੱਗੇ ਦੁਆ ਕਰੋ ਕਿ ਅੱਲਾ ਤਾਲਾ ਮਤਲਬ ਇਹ ਬਾਰਿਸ਼ ਪਾਏ ਅਤੇ ਮੌਸਮ ਜਿਹੜਾ ਬਿਲਕੁਲ ਥੋੜ੍ਹਾ ਹੀ ਠੰਡਾ ਹੋ ਜਾਵੇ, ਕੋਈ ਗਰਮੀ ਦੀ ਸ਼ਿੱਦਤ ਵੀ ਜਿਹੜੀ ਹੈ ਉਹ ਵੀ ਘੱਟ ਜਾਵੇ, ਤਾਂ ਕਿ ਮਤਲਬ ਇਹ ਜਿਹੜੇ ਤੁਹਾਡੇ ਜੱਟ ਭਾਈ ਨੇ ਉਹ ਵੀ ਆਸਾਨੀ ਦੇ ਨਾਲ ਮਤਲਬ ਆਪਣੀਆਂ ਮੁੰਜੀਆਂ ਜਿਹੜੀਆਂ ਨੇ ਲਾ ਲੈਣ, ਕਿਉਂਕਿ ਜਿਹੜੀਆਂ ਮੁੰਜੀਆਂ ਇਸ ਟਾਈਮ ਲੱਗ ਚੁੱਕੀਆਂ ਨੇ ਕੰਮ ਅਜ਼ ਕੰਮ, ਉਹ ਇਸ ਤਰ੍ਹਾਂ ਮੁੰਜੀਆਂ ਹੋ ਗਈਆਂ ਨੇ, ਬਿਲਕੁਲ ਸੜ ਗਈਆਂ ਨੇ, ਕਿਉਂਕਿ ਜਿੰਨੀ ਦੇਰ ਤੱਕ ਅੱਲਾ ਤਾਲਾ ਦੀ ਰਹਿਮਤ ਨਹੀਂ ਹੋਣੀ ਉਨੀ ਦੇਰ ਤੱਕ ਉਹ ਮੁੰਜੀਆਂ ਟੁਰਨੀਆਂ ਨੇ, ਉੱਥੋਂ ਬਿਲਕੁਲ ਉਹਨਾਂ ਦੇ ਜਿਹੜੇ ਸਿਰੇ ਨੇ ਸੜ ਗਏ ਨੇ ਮੁੰਜੀ ਦੇ, ਉਹ ਤਰਸਦੇ ਨੇ ਵੇ ਕਿ ਅੱਲਾ ਤਾਲਾ ਦੀ ਰਹਿਮਤ ਹੋਵੇ, ਅਤੇ ਇਨਸ਼ਾਅੱਲਾ ਬਫਜ਼ਲੇ ਕਰਮ ਅੱਲਾ ਤਾਲਾ ਨੇ ਰਹਿਮਤ ਕਰਨੀ ਹੈ, ਅੱਲਾ ਤਾਲਾ ਨੇ ਮਤਲਬ ਬਾਰਿਸ਼ ਕਰਨੀ ਹੈ, ਅਤੇ ਅੱਲਾ ਤਾਲਾ ਨੇ ਸਵਾਬ ਲਾਉਣਾ, ਅਤੇ ਸਾਰਿਆਂ ਦਾ ਅੱਲਾ ਤਾਲਾ ਸਵਾਬ ਲੱਗਣਾ ਇਨਸ਼ਾਅੱਲਾ। ਵੇਖੋ ਇਸ ਸਾਈਡ 'ਤੇ ਹੁਣ ਸਾਰੀ ਸੁੱਕੀ ਪਈ ਹੈ, ਬਿਲਕੁਲ ਪਾਣੀ ਨਹੀਂ ਉਹਨਾਂ ਦਾ, ਉਹਨਾਂ ਕੁਝ ਮੁੰਜੀ ਪਹਿਲੇ ਲਾਈ ਹੈ, ਲੇਕਿਨ ਹੁਣ ਪਾਣੀ ਨਹੀਂ ਉਹਨਾਂ ਦਾ ਰਲਦਾ ਪਿਆ, ਜਿਹਦੀ ਵਜ੍ਹਾ ਤੋਂ ਇਹਦੇ ਮੁੰਜੀ ਬਿਲਕੁਲ ਅਜੇ ਤੱਕ ਉਹਨਾਂ ਸਟਾਰਟ ਨਹੀਂ ਕੀਤੀ। ਹਾਂਜੀ, ਹੁਣ ਅਸੀਂ ਪਿੱਛੇ ਆਪਣੇ ਡੇਰੇ ਦੀ ਤਰਫ ਜਾਂਦੇ ਹਾਂ, ਫਿਰ ਆਪਣੇ ਉੱਥੇ ਮਾਲ ਦੇ ਕੋਲ ਅਤੇ ਆਪਣੀ ਮੋਟਰ ਦੇ ਕੋਲ, ਜਿੱਥੇ ਮੋਟਰ ਧੜਾ ਧੜ ਚੱਲ ਰਹੀ ਹੈ, ਠੱਕਾ ਠੱਕ ਪਾਣੀ ਕੱਢਦੀ ਹੈ ਪਈ, ਅਤੇ ਜਾ ਕੇ ਜਨਾਬ ਫਿਰ ਪਾਣੀ ਦਾ ਘੁੱਟ ਪੀਂਦੇ ਹਾਂ, ਅਤੇ ਨਾਲੇ ਸਾਹ ਲੈਂਦੇ ਹਾਂ, ਗਲਾ ਬਿਲਕੁਲ ਖੁਸ਼ਕ ਹੋ ਗਿਆ, ਕਾਫੀ ਗਰਮੀ ਹੈ, ਤੁਸੀਂ ਤਾਂ ਅੰਦਰਾਂ 'ਚ ਬੈਠੇ ਹੋ, ਲੇਕਿਨ ਵਿਵਰਸ ਗਾਇਜ਼ ਅਸੀਂ ਤੁਹਾਡੇ ਪਿਆਰ ਅਤੇ ਮੁਹੱਬਤ ਵਾਸਤੇ ਤੁਹਾਡੇ ਵਾਸਤੇ ਹਰ ਰੋਜ਼ ਮਤਲਬ ਇਹ ਵਲੋਗ ਬਣਾਈਦਾ, ਇਹ ਤੁਸੀਂ ਸਾਡੇ ਵਲੋਗ ਵੇਖ ਕੇ ਅਤੇ ਸਾਡੇ ਟਾਰਗੇਟ ਅਤੇ ਸਾਡੀ ਮਤਲਬ ਇਹਨਾਂ ਵੀਡੀਓ ਨੂੰ ਪਸੰਦ ਕਰਨਾ ਅਤੇ ਸਾਡੇ ਚੈਨਲ ਨੂੰ ਅੱਗੇ ਦੀ ਤਰਫ ਕਰਨਾ। ਹਾਂਜੀ, ਚਲੋ ਹੁਣ ਅਸੀਂ ਤੁਹਾਨੂੰ ਆਪਣੀ ਅੱਗੇ ਮੋਟਰ 'ਤੇ ਲੈ ਚੱਲਦੇ ਹਾਂ ਜੀ। ਹਾਂਜੀ, ਹੁਣ ਇਸ ਵਕਤ ਅਸੀਂ ਫਿਰ ਦੁਬਾਰਾ ਇਹ ਮੋਟਰ 'ਤੇ ਆ ਗਏ ਹਾਂ, ਅਤੇ ਉੱਥੇ ਮੋਟਰ 'ਤੇ ਆ ਕੇ ਖਲੋ ਗਏ ਹਾਂ, ਸਾਰਾ ਮਤਲਬ ਪਿੱਛੋਂ ਵੇਖ ਕੇ ਆਏ ਹਾਂ ਕਿ ਪਾਣੀ ਉੱਥੇ ਕੱਦੂ 'ਚ ਕਿੰਨਾ ਕੁ ਹੋ ਗਿਆ, ਕਿ ਮੁੰਜੀ ਲੱਗ ਜਾਏਗੀ ਜਾਂ ਨਹੀਂ, ਕੱਦੂ ਮਤਲਬ ਹੋ ਜਾਏਗਾ ਨਹੀਂ। ਹਾਂਜੀ, ਅੱਜ ਅਸੀਂ ਆਪਣੇ ਉੱਥੇ ਮੁੰਜੀ ਵਾਸਤੇ ਤਿਆਰੀ ਵੀ ਕਰਦੇ ਹਾਂ, ਮੁੰਜੀ ਨੂੰ ਪਾਣੀ ਲਾਉਣ ਵਾਸਤੇ ਔਰ ਕੱਦੂ ਤਿਆਰ ਕਰਨ ਵਾਸਤੇ, ਇਹ ਬਿਲਕੁਲ ਸਾਰਾ ਪਾਣੀ ਚੈੱਕ ਕਰਕੇ ਆਏ ਹਾਂ, ਅਤੇ ਮਾਸ਼ਾਅੱਲਾ ਹੋਰ 10-15 ਮਿੰਟ ਤੱਕ ਹੀ ਇਨਸ਼ਾਅੱਲਾ ਪਾਣੀ ਹੋ ਗਿਆ, ਅਤੇ ਪਾਣੀ ਪੀਂਦੇ ਹਾਂ, ਦੁਬਾਰਾ ਉੱਥੇ ਜਾ ਕੇ ਪੀਂਦੇ ਹਾਂ। ਸ਼ੁਕਰ ਹੈ ਅੱਲਾ, ਸ਼ੁਕਰ ਹੈ ਮੌਲਾ, ਅਲਹਮਦੁਲਿਲਾ। ਹੋਏ ਹੋਏ ਹੋਏ,
ਪਾਣੀ ਦੇ ਵਿੱਚ ਖਲੋਤੇ ਆ ਜੀ, ਬਹੁਤ ਮਜ਼ਾ ਅਤੇ ਬਹੁਤ ਨਜ਼ਾਰਾ ਆ ਰਿਹਾ। ਮੋਟਰ ਵੇਖੋ ਬਿਲਕੁਲ ਥੋੜ੍ਹਾ ਥੋੜ੍ਹਾ ਪਾਣੀ ਕੱਢਦੀ ਹੈ ਵੀ। ਹਾਂਜੀ ਹੁਣ ਅੱਗੇ ਜਾਂਦੇ ਹਾਂ, ਉੱਥੇ ਦਰਾ ਤੂੰ ਇੱਕ ਮਾੜਾ ਮੋਟਾ ਸੂਟਾ ਲਾਉਂਦੇ ਹਾਂ ਅਤੇ ਫਿਰ ਅਸੀਂ ਅੱਜ ਦੇ ਆਪਣੇ ਵਲੋਗ ਨੂੰ ਉੱਥਾ ਅਸੀਂ ਐਂਡ ਕਰਦੇ ਹਾਂ ਜੀ। ਹਾਂਜੀ ਹੁਣ ਅਸੀਂ ਇੱਥੇ ਜਾਮਨੂ ਦੇ ਥੱਲੇ ਆ ਗਏ ਹਾਂ। ਇਹ ਬਿਲਕੁਲ ਜਾਮਨੂ ਦੇ ਥੱਲੇ ਆ ਕੇ ਬਹਿ ਗਏ ਹਾਂ। ਓਏ ਹੋਏ, ਹਾਂਜੀ ਹੁਣ ਇੱਥੇ ਅਸੀਂ ਮੰਜੇ 'ਤੇ ਆ ਗਏ ਆਪਣੇ ਡੇਰੇ 'ਤੇ ਅਤੇ ਉਕੇ ਦਾ ਸੂਟਾ ਵੇਖ ਲੈਂਦੇ ਹਾਂ। ਦੇਖੋ ਕਾਫੀ ਤੇ ਜ਼ਬਰਦਸਤ ਪਿਆਰਾ ਉੱਕਾ ਹੈ, ਕਾਫੀ ਮਤਲਬ ਲੰਮੀ ਲੜੀ ਨੜੀ ਹੈ ਯਾਰ, ਗੱਲ ਮੂੰਹ 'ਚੋਂ ਨਿਕਲ ਗਈ ਹੈ। ਹਾਂਜੀ ਇੱਥੇ ਕੰਮ ਕੰਮ ਸਾਰੇ ਜੀ ਬੈਠੇ ਹੋਣ ਅਤੇ ਜਿੱਦੇ ਜਿੱਦੇ ਮਰਜ਼ੀ ਮਤਲਬ ਨੜੀ ਫੜਾ ਕੇ ਸਾਰਾ ਸੂਟਾ ਲਾਉਂਦਾ ਰਹਿੰਦੇ ਨੇ। ਓਏ ਹੋਏ ਹੋਏ, ਲਓ ਜੀ ਹੁਣ ਅੱਜ ਦਾ ਸਾਡਾ ਇਹ ਵਲੋਗ ਸਾਰਾ ਜਿੰਨਾ ਵੀ ਹੈ ਵੇ ਸਾਰਾ ਅਸੀਂ ਤੁਹਾਨੂੰ ਮੁੰਜੀ ਨੂੰ ਪਾਣੀ ਲਾਉਣ ਵਾਸਤੇ ਕੱਦੂ ਨੂੰ ਪਾਣੀ ਪੇ ਲਾਉਂਦੇ ਹਾਂ ਅਤੇ ਇਹਦੀ ਤਿਆਰੀ ਪੇ ਕਰਨੇ ਹਾਂ ਜੀ। ਹਾਂਜੀ ਹੁਣ ਬਿਲਕੁਲ ਮੋਟਰ ਦੇ ਉੱਤੇ ਅਸੀਂ ਫਿਰ ਆ ਗਏ ਹਾਂ ਦੁਬਾਰਾ। ਅੱਜ ਦੇ ਸਾਡੇ ਇਸ ਦੁੱਛਾ ਚੈਨਲ ਨੂੰ ਇਹ ਸਾਡੇ ਵੀਡੀਓ ਨੂੰ ਜਿਹੜਾ ਅੱਜ ਦਾ ਵਲੋਗ ਅਸੀਂ ਬਣਾਇਆ ਉਹਨੇ ਤੁਸੀਂ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ। ਓਕੇ, ਖੁਦਾ ਹਾਫਿਜ਼।